ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਮੈਂ ਤੁਹਾਡਾ ਦੋਸਤ ਸੁਖਜਿੰਦਰ ਰਮਾਣਾ। ਦੋਸਤੋ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਜਿਹੜਾ ਮਸਲਾ, ਇੱਕ ਮੁੱਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਕਿ ਜਿਹੜੇ ਰਾਜਨੀਤਿਕ ਲੀਡਰ ਨੇ, ਚਾਹੇ ਉਹ ਵਿਧਾਇਕ ਨੇ, ਚਾਹੇ ਉਹ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਦੀ ਕੀ ਕੰਟਰੀਬਿਊਸ਼ਨ, ਉਹਨਾਂ ਦਾ ਕੀ ਯੋਗਦਾਨ ਹੈ ਅੱਜ ਦੇ ਜਿਹੜਾ ਸਮਾਂ ਕਰੋਨਾ ਵਾਇਰਸ ਦਾ। ਇਸ ਦੇ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ, ਕੋਈ ਲੰਗਰ ਲਗਾ ਕੇ, ਕੋਈ ਕਿਸੇ ਵੀ ਤਰ੍ਹਾਂ ਸਮਾਜ ਦੇ ਵਿੱਚ ਸੇਵਾ ਕਰ ਰਹੇ ਨੇ ਲੋਕ, ਅਤੇ ਜਿਹੜੇ ਪੋਲੀਟੀਸ਼ੀਅਨ ਨੇ, ਉਹਨਾਂ ਦਾ ਕੀ ਯੋਗਦਾਨ ਹੈ ਇਸ ਦੇ ਉੱਪਰ। ਬਹੁਤ ਹੀ ਭਖਮੀ ਜਿਹੜੀ ਬਹਿਸ ਹੈ ਉਹ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਯਾਨੀ ਕਿ ਉਹਨਾਂ ਦੀਆਂ ਲੰਬੀਆਂ ਚੌੜੀਆਂ, ਮੋਟੀਆਂ ਚੌੜੀਆਂ ਤਨਖਾਹਾਂ ਨੇ, ਉਹਨਾਂ ਦੇ ਭੱਤੇ ਨੇ, ਉਹਨਾਂ ਨੂੰ ਕਾਫੀ ਇਨਕਮ ਹੈ, ਅਤੇ ਉਹ ਕੀ ਯੋਗਦਾਨ ਪਾ ਰਹੇ ਆਪਣੀ ਇਨਕਮ ਦੇ ਵਿੱਚੋਂ। ਅਤੇ ਖਾਸ ਕਰ ਜਿਹੜਾ ਪੈਨਸ਼ਨ ਦਾ ਮੁੱਦਾ ਹੈ, ਉਹ ਬਹੁਤ ਹੀ ਇੱਕ ਵੱਡਾ ਇਸ਼ੂ ਬਣ ਚੁੱਕਿਆ ਹੈ। ਜਿਸ ਤਰ੍ਹਾਂ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ, ਉਹ ਪੰਜ ਪੰਜ ਛੇ ਛੇ ਪੈਨਸ਼ਨਾਂ ਲੈ ਰਹੇ ਨੇ, ਔਰ ਇਸ ਮੁੱਦੇ ਨੂੰ, ਇਸ ਮਸਲੇ ਨੂੰ ਜਿਹੜਾ ਮੇਨ ਤੌਰ 'ਤੇ ਉਭਾਰਨ ਦੇ ਵਿੱਚ ਵੱਡਾ ਯੋਗਦਾਨ ਰਿਹਾ, ਉਹ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਸ਼੍ਰੀ ਨੀਲ ਗਰਗ ਜੀ। ਉਹ ਸਾਡੇ ਦਰਮਿਆਨ ਅੱਜ ਮੌਜੂਦ ਨੇ। ਗਰਗ ਸਾਹਿਬ, ਬਹੁਤ ਬਹੁਤ ਸਵਾਗਤ ਹੈ ਡੀ ਨਿਊਜ਼ ਚੈਨਲ 'ਤੇ ਜੀ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਜੀ। ਸ਼ੁਕਰੀਆ ਜੀ। ਔਰ ਅਸੀਂ ਫਿਰ ਸੋਚਿਆ ਕਿ ਕਿਉਂ ਨਾ ਇਸ ਮੁੱਦੇ 'ਤੇ ਅਸੀਂ ਗਰਗ ਸਾਹਿਬ ਦੇ ਵਿਚਾਰ ਲਈਏ ਆਪਣੇ ਦਰਸ਼ਕਾਂ ਦੇ ਲਈ, ਤਾਂ ਕਿ ਇਸ ਮੁੱਦੇ ਨੂੰ ਉਭਾਰਨ ਦੇ ਵਿੱਚ ਅਸੀਂ ਵੀ ਥੋੜ੍ਹਾ ਬਹੁਤ ਯੋਗਦਾਨ ਪਾ ਸਕੀਏ। ਗਰਗ ਸਾਹਿਬ, ਆਪਾਂ ਸ਼ੁਰੂਆਤ ਜਿਹੜਾ ਅੱਜ ਦਾ ਇਸ ਖਾਸ ਪੇਸ਼ਕਸ਼ ਹੈ, ਇਹ ਆਪਾਂ ਇਸੇ ਇਸ਼ੂ ਨੂੰ ਲੈ ਕੇ ਕਰ ਰਹੇ ਹਾਂ ਪ੍ਰੋਗਰਾਮ, ਕਿ ਜਿਹੜਾ ਇਹ ਪੋਲੀਟੀਕਲ ਲੋਕਾਂ ਦਾ ਜਿਹੜੀ ਕਿ ਸਮਾਜ ਸੇਵਾ ਦੇ ਲਈ, ਵੈਸੇ ਤਾਂ ਉਹ ਵੋਟਾਂ ਦੇ ਵਿੱਚ ਤਾਂ ਉਹ ਪ੍ਰਗਟ ਕਰਦੇ ਨੇ ਕਿ ਅਸੀਂ ਹਾਂਜੀ ਲੋਕਾਂ ਦੇ ਨਾਲ ਖੜੇ ਹਾਂ, ਅਸੀਂ ਲੋਕਾਂ ਦੇ ਲਈ ਆਏ ਕਰ ਰਹੇ ਹਾਂ, ਜੋ ਕਰ ਰਹੇ ਹਾਂ, ਪਰ ਜਿਹੜਾ ਕਿ ਲਾਲਚ ਹੈ ਪੈਸੇ ਦਾ, ਉਹ ਕਿਤੇ ਨਾ ਕਿਤੇ ਛੁਪਿਆ ਨਹੀਂ ਰਿਹਾ। ਹੁਣ ਦੇਖੋ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ, ਦੇਖੋ ਇੰਨੇ ਵੱਡੇ ਅਮੀਰ ਵੀ ਨੇ, ਜਿਵੇਂ ਦੁਨੀਆ ਦੇ ਇੱਕ ਸਿੱਖ ਅਮੀਰ, ਜਿਵੇਂ ਕੱਲ੍ਹ ਪਰਸੋਂ ਰਿਪੋਰਟ ਆਈ ਹੈ ਕਿ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ, ਜੇ ਸਿੱਖ ਦੇ ਵਿੱਚੋਂ ਲਈਏ ਤਾਂ ਸਭ ਤੋਂ ਵੱਧ ਅਮੀਰ ਨੇ, ਪਰ ਫਿਰ ਵੀ ਕਿਉਂ ਨਹੀਂ ਉਹ ਆਪਣਾ ਜਿਹੜੇ ਛੱਡ ਦਿੰਦੇ, ਜਿਹੜੀਆਂ ਸਰਕਾਰੀ ਖਜ਼ਾਨੇ ਨੂੰ ਜਿਹੜਾ ਖੋਰਾ ਲਾ ਰਹੇ ਆ, ਜਿਹੜੀਆਂ ਪੈਨਸ਼ਨ ਲੈ ਰਹੇ ਆ, ਤਕਰੀਬਨ 5 ਲੱਖ ਤੋਂ ਵੀ ਜ਼ਿਆਦਾ, ਜਿਹੜੇ ਤੁਸੀਂ ਅੰਕੜੇ ਦਿੱਤੇ ਉਹਨਾਂ ਮੁਤਾਬਕ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਨੇ ਰਾਜਨੀਤਿਕ ਲੀਡਰਾਂ ਦੀਆਂ, ਕਿ ਰਾਜ ਨਹੀਂ ਸੇਵਾ, ਸੇਵਾ ਸੁਵਾ ਕੋਈ ਨਹੀਂ, ਸਿਰਫ ਅਤੇ ਸਿਰਫ ਰਾਜ ਹੀ ਹੈ। ਅਤੇ ਜੇਕਰ ਤੁਸੀਂ ਦੇਖੋਗੇ, ਕੋਈ ਫਰਕ ਨਹੀਂ ਹੈਗਾ ਮੁਗਲਾਂ ਦੇ ਰਾਜ ਦੇ ਵਿੱਚ, ਕੋਈ ਫਰਕ ਨਹੀਂ ਹੈਗਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ। ਸਦੀਆਂ ਇਹਨਾਂ ਲੋਕਾਂ ਨੇ ਸਾਨੂੰ ਗੁਲਾਮ ਬਣਾ ਕੇ ਸਾਡੇ 'ਤੇ ਰਾਜ ਕੀਤਾ, ਉਦੋਂ ਵੀ ਇਹੀ ਹੁੰਦਾ ਹੈਗਾ ਸੀ। ਜਿਹੜਾ ਆਮ ਇਨਸਾਨ ਸੀ, ਆਮ ਲੋਕ ਸੀ, ਮਿਹਨਤ ਕਰਦੇ ਸੀ, ਨੌਕਰੀ ਕਰਦੇ ਸੀ, ਬਹੁਤ ਸਾਰਾ ਰੈਵੈਨਿਊ ਇਕੱਠਾ ਕਰਦੇ ਸੀ, ਲੇਕਿਨ ਉਸ ਦੇ ਉੱਤੇ ਡਾਕਾ ਹਮੇਸ਼ਾ ਹੀ ਹੁਕਮਰਾਨਾਂ ਵੱਲੋਂ ਮਾਰਿਆ ਜਾ ਰਿਹਾ। ਭਾਵੇਂ ਅੱਜ ਅਸੀਂ ਲੋਕਤੰਤਰ ਮੁਲਕ ਦੇ ਵਿੱਚ ਰਹਿੰਦੇ ਹਾਂ, ਅਤੇ ਡਾਕਾ ਅੱਜ ਵੀ ਉਵੇਂ ਜਾਰੀ ਹੈ। ਅੱਜ ਤੁਸੀਂ ਦੇਖੋ ਕਿੰਨੀ, ਇਹ ਕਰੋਨਾ ਨੂੰ ਛੱਡੋ, ਜੇ ਕਰੋਨਾ ਨਾ ਵੀ ਹੁੰਦਾ ਤਦ ਕਿਹੜਾ ਫਿਰ ਇੰਨੀਆਂ ਇੰਨੀਆਂ ਪੈਨਸ਼ਨਾਂ ਲੈਣੀਆਂ ਕੋਈ ਜਾਇਜ਼ ਹੈ? ਬਿਲਕੁਲ। ਇੱਕ ਆਮ ਇਨਸਾਨ ਆ, ਪੜ੍ਹਦਾ ਲਿਖਦਾ ਆ, ਉਹ ਬਹੁਤ ਤਰ੍ਹਾਂ ਦੇ ਟੈਸਟਾਂ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਇੱਕ ਨੌਕਰੀ ਕਰਦਾ ਆ, ਅਤੇ ਫਿਰ 20-25 ਸਾਲ ਨੌਕਰੀ ਕਰਨ ਤੋਂ ਬਾਅਦ ਉਹ ਰਿਟਾਇਰ ਹੁੰਦਾ ਆ, ਅਤੇ ਉਸ ਤੋਂ ਬਾਅਦ ਉਸਨੂੰ ਪੈਨਸ਼ਨ ਮਿਲਦੀ ਹੈ, ਜਿਹੜੀ ਕਿ 2004 ਤੋਂ ਬਾਅਦ ਉਹ ਵੀ ਬੰਦ ਕਰਤੀ ਜੀ। ਮਤਲਬ ਤੁਸੀਂ ਦੇਖੋ, ਕਈ ਵਾਰੀ ਅਸੀਂ ਬੜੇ ਮਤਲਬ ਭੁੱਲ ਜਾਂਦੇ ਉਹਨਾਂ ਚੀਜ਼ਾਂ ਨੂੰ। ਵਾਜਪਾਈ ਸਾਹਿਬ ਨੂੰ ਅਸੀਂ ਬਹੁਤ ਵੱਡਾ ਨੇਤਾ ਅਤੇ ਲੋਕ ਪੱਖੀ ਨੇਤਾ ਗਿਣਦੇ ਹਾਂ ਜੀ, ਪਰ ਮੈਂ ਕਹਿੰਦਾ ਵਾਜਪਾਈ ਸਭ ਤੋਂ ਪਹਿਲਾਂ ਵਾਜਪਾਈ ਸੀ, ਜਿਸਨੇ ਜਿਹੜਾ ਹੈਗਾ, ਜਿਹੜਾ ਮੁਲਾਜ਼ਮਾਂ ਅਤੇ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ, ਹੱਕਾਂ ਦੇ ਉੱਤੇ ਡਾਕਾ ਮਾਰਿਆ, ਖੁਦ 'ਤੇ 5-5, 6-6 ਪੈਨਸ਼ਨਾਂ ਲੈਂਦੇ ਸੀ ਵਾਜਪਾਈ ਸਾਹਿਬ, ਠੀਕ ਹੈ ਨਾ। ਅੱਜ ਉਹ ਸਾਡੇ ਦਰਮਿਆਨ ਨਹੀਂ ਹੈਗੇ, ਠੀਕ ਹੈ ਨਾ। ਮੈਂ ਯਾਨੀ ਕਿ ਉਹਨਾਂ ਦਾ ਸਤਿਕਾਰ ਕਰਦਾ, ਬਹੁਤ ਅੱਛੇ ਲੀਡਰ ਸੀ ਉਹ, ਪਰ ਸਾਰਿਆਂ ਤੋਂ ਪਹਿਲਾਂ ਮੁਲਾਜ਼ਮਾਂ ਦੇ ਹੱਕਾਂ ਦੇ ਉੱਤੇ ਡਾਕਾ, ਕਰਮਚਾਰੀਆਂ ਦੇ ਹੱਕਾਂ ਦੇ ਉੱਤੇ ਡਾਕਾ ਵਾਜਪਾਈ ਸਾਹਿਬ ਨੇ ਮਾਰਿਆ। 2004 ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ। 18-20-25 ਸਾਲ ਨੌਕਰੀ ਕਰਦਾ ਇੱਕ ਮੁਲਾਜ਼ਮ, ਉਸ ਤੋਂ ਬਾਅਦ ਉਸਨੂੰ ਪੈਨਸ਼ਨ ਮਿਲਦੀ ਸੀ, ਅੱਜ ਉਹ ਵੀ ਨਹੀਂ ਮਿਲਦੀ। ਇਹ ਕਿੱਧਰ ਦਾ ਇਨਸਾਫ ਆ ਕਿ ਇੱਕ ਬੰਦਾ MLA ਜਿਹੜਾ ਆਉਂਦਾ ਤਾਂ ਹੈਗਾ, ਇਹ ਕਹਿ ਕੇ ਕਿ ਮੈਂ ਯਾਨੀ ਕਿ ਸੇਵਾ ਕਰਨ ਆਇਆ ਹੈਗਾ, ਉਹ ਇੱਕ ਵਾਰੀ MLA ਬਣ ਗਿਆ ਅਤੇ ਅਗਲੇ ਵਾਰੀ ਉਹ ਜਿੱਤੇ ਉਹ ਹਾਰੇ, ਪੈਨਸ਼ਨ ਉਹਦੀ ਨਾਲੋਂ ਨਾਲ ਸ਼ੁਰੂ ਹੋ ਜਾਂਦੀ ਹੈਗੀ ਹੈ। ਔਰ ਦੂਸਰੀ ਗੱਲ, ਜਦੋਂ ਤੁਸੀਂ ਨੌਕਰੀ ਕਰਦੇ ਹਾਂ, ਤੁਸੀਂ ਵੀ ਨੌਕਰੀ ਕੀਤੀ ਹੋਣੀ ਹੈ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ, ਤੁਹਾਡਾ ਜਿਹੜਾ ਰਿਵਿਊ ਹੈਗਾ ਤੁਹਾਡਾ ਬੌਸ ਕਰਦਾ, ਉਹ ਦੱਸਦਾ ਕਿ ਤੁਹਾਡੇ ਤੁਸੀਂ ਯਾਨੀ ਕਿ ਅੱਗੇ ਯਾਨੀ ਕਿ ਇੰਕਰੀਮੈਂਟ ਦੇ ਕਾਬਲ ਹੈਗੇ ਹੋ ਜਾਂ ਨਹੀਂ ਹੈਗੇ ਹੈ। ਇਹ ਕਿੱਧਰਲਾ ਇਨਸਾਫ ਹੈ ਕਿ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਕੇ, ਜਿਹੜੇ ਲੋਕ ਪੈਸੇ ਦਿੰਦੇ ਆ, ਟੈਕਸ ਦਿੰਦੇ ਆ, ਅਤੇ ਤੁਸੀਂ ਉੱਥੇ ਬੈਠ ਕੇ ਇੱਕ ਹਾਊਸ ਦੇ ਵਿੱਚ ਮਤਾ ਪਾਸ ਕਰ ਲੈਂਦੇ, ਜਦੋਂ ਚਾਹੋ ਤਨਖਾਹਾਂ ਵਧਾ ਲੈਂਦੇ ਹੋ, ਜਦੋਂ ਚਾਹੋ ਪੈਨਸ਼ਨਾਂ ਵਧਾ ਲੈਂਦੇ ਹੋ, ਹੁਣ ਵਕਤ ਆ ਗਿਆ ਹੈਗਾ ਲੋਕਾਂ ਨੂੰ ਇਸ ਦੇ ਖਿਲਾਫ਼ ਉੱਠਣਾ ਪਏਗਾ। ਇਹ ਜਿਹੜਾ ਹੈਗਾ, ਜਿਹੜੀ ਇਹ ਆਈ ਹੈ ਨਾ, ਇਹ ਕਰੋਨਾ ਦੀ ਮਹਾਂਮਾਰੀ, ਕਈ ਵਾਰੀ ਜੋ ਹੁੰਦਾ ਠੀਕ ਲਈ ਹੁੰਦਾ ਹੈਗਾ, ਬਹੁਤ ਮਾੜੀ ਗੱਲ ਹੈਗੀ ਕਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਹੈਗਾ ਕਿ ਦੁਨੀਆ ਦੇ ਵਿੱਚ ਲੱਖਾਂ ਲੋਕ ਮਾਰੇ ਗਏ, ਸਾਡਾ ਪੰਜਾਬ ਵੀ ਉਸਦਾ ਭੁਗਤ ਭੋਗੀ ਹੈਗਾ, ਅਸੀਂ ਵੀ ਸਾਰੇ ਯਾਨੀ ਕਿ ਭੁਗਤ ਭੋਗੀ ਹੈਗੇ ਹਾਂ, ਪਰ ਇਸ ਨੇ ਸਾਨੂੰ ਸੱਚਾਈ ਦਸਾ ਯਾਨੀ ਕਿ ਦਰਸਾਤੀ ਹੈਗੀ ਹੈ, ਮਨੁੱਖ ਇੱਕ ਜਿਹੜਾ ਹੈਗਾ, ਅੱਜ ਤੁਸੀਂ ਦੇਖੋ ਘਰਾਂ ਦੇ ਵਿੱਚ ਕੈਦ ਬੈਠੇ ਹਾਂ ਪਿਛਲੇ 45 ਦਿਨਾਂ ਤੋਂ, ਕਿਹੜਾ ਪੈਸਾ ਕਿੱਥੇ ਕੰਮ ਆ ਰਿਹਾ ਅਤੇ ਕੰਮ ਨਹੀਂ ਆ ਰਿਹਾ, ਘੱਟੋ ਘੱਟ ਇਹਨਾਂ ਰਾਜਨੀਤਿਕ ਲੀਡਰਾਂ ਦੇ ਵਿੱਚ ਜਿਹਨਾਂ ਦੀ ਗੈਰਤ ਬਚੀ ਹੈ, ਤਾਂ ਇਹਨਾਂ ਨੂੰ ਖੁਦ ਹੀ ਯਾਨੀ ਕਿ ਇਸ ਦੇ ਉੱਤੇ ਨੈਤਿਕ ਆਧਾਰ ਦੇ ਉੱਤੇ ਫੈਸਲਾ ਲੈ ਕੇ ਇਹ ਹੋਣਾ ਚਾਹੀਦਾ।
ਮੈਨੂੰ ਇਹ ਮੌਕਾ ਮਿਲੇ ਜੀ, ਮਤਲਬ ਆਪਾਂ ਕਹਿੰਦੇ ਆ ਨਾ ਜੇ ਮੈਂ ਇੱਕ ਦਿਨ ਦੇ ਲਈ ਮੁੱਖ ਮੰਤਰੀ ਹੁੰਦਾ, ਮੈਂ ਇੱਕ ਦਿਨ ਦੇ ਲਈ ਟੀਚਰ ਹੁੰਦਾ, ਲੋਕੀ ਇੱਛਾ ਪੁੱਛਦੇ ਆ ਨਾ, ਜੇਕਰ ਤੁਸੀਂ ਮੈਨੂੰ ਪੁੱਛੋ ਕਿ ਤੁਹਾਡੇ ਕੋਲ ਇਹ ਅਧਿਕਾਰ ਹੋਵੇ ਕਰਨ ਦਾ, ਮੈਂ ਸਾਰਿਆਂ ਤੋਂ ਪਹਿਲਾਂ ਕੰਮ ਇਹ ਕਰਾਂ ਇਹਨਾਂ ਰਾਜਨੀਤਿਕ ਲੀਡਰਾਂ ਦੀਆਂ ਇਹ ਪੈਨਸ਼ਨਾਂ ਬੰਦ ਕਰਕੇ, ਹਾਂ ਇੱਕ ਪੈਨਸ਼ਨ ਦੇ ਉੱਤੇ ਇਹਨਾਂ ਨੂੰ ਲਿਆ ਖੜਾ ਕਰਾਂ, ਕਿਉਂਕਿ ਹੁਣ ਕਾਨੂੰਨ ਦੇ ਮੁਤਾਬਕ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ, ਸਾਰੇ ਬਰਾਬਰ ਨੇ। ਬਿਲਕੁਲ ਗਰਗ ਸਾਹਿਬ ਤੁਸੀਂ ਠੀਕ ਕਿਹਾ ਹੈਗਾ, ਕਿਉਂਕਿ ਇੱਕ ਬੰਦਾ ਜਿਹੜਾ ਸਾਰੀ ਉਮਰ ਆਪਣੀ ਸਰਕਾਰੀ ਜਿਹੜੀ ਨੌਕਰੀ ਕਰਦਾ ਹੈ, ਸਾਰੀ ਉਮਰ ਦੇਸ਼ ਦੇ ਲਈ ਸੇਵਾ ਕਰਦਾ ਹੈ, ਅਤੇ ਉਸਨੂੰ ਸਿਰਫ ਇੱਕ ਪੈਨਸ਼ਨ ਮਿਲਦੀ ਹੈ, ਇਹਨਾਂ ਨੂੰ ਹਰ ਵਾਰ ਨਵੀਂ ਪੈਨਸ਼ਨ ਜਿਹੜੀ ਜੁੜ ਜਾਂਦੀ ਹੈ। ਅਤੇ ਆਮ ਆਦਮੀ ਪਾਰਟੀ ਵੱਲੋਂ ਅਫੀਸ਼ੀਅਲ ਕੀ ਨਿੱਜੀ ਵਿਚਾਰ ਨੇ ਤੁਹਾਡੇ, ਜਾਂ ਆਮ ਆਦਮੀ ਪਾਰਟੀ ਦੇ ਵਿਚਾਰ ਵੀ ਆਪਾਂ ਇਹਨਾਂ ਨੂੰ ਮੰਨ ਸਕਦੇ ਹਾਂ? ਇਹ ਮੇਰੇ ਇਨੀਸ਼ਲੀ ਮੇਰਾ ਮੈਂ ਤਾਂ ਸੋਚਦਾ ਹੀ ਹਾਂ, ਮੇਰੇ ਨਿੱਜੀ ਵਿਚਾਰ ਤਾਂ ਹੈਗੀ ਹੈ, ਪਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਕਿ ਬਹੁਤ ਸਾਰੇ ਵਿਧਾਇਕਾਂ ਦੇ ਰਾਜ ਦੇ ਉੱਤੇ ਜਿਹੜਾ ਹੈਗਾ ਸਾਡਾ ਪਾਰਟੀ ਦਾ ਜਿਹੜਾ ਆਫਿਸ ਹੈਗਾ ਚੰਡੀਗੜ੍ਹ ਦਾ, ਉੱਥੋਂ ਵੀ ਅਸੀਂ ਬਿਆਨ ਜਾਰੀ ਕੀਤਾ ਸੀ ਕਿ ਇਹ ਨਾਇਨਸਾਫੀ ਹੈਗੀ ਆਮ ਲੋਕਾਂ ਦੇ ਨਾਲ। ਅਮੀਤ ਹੇਰ ਜੀ ਦਾ ਬਿਆਨ ਸੀ ਤੇ ਹੋਰ ਦੋ ਤਿੰਨ ਐਮਐਲਏ ਦਾ ਬਿਆਨ ਸੀ। ਅੱਜ ਤੁਹਾਡੇ ਜਿਹੜੇ ਐਮਐਲਏ ਨੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ, ਉਹਨਾਂ ਦਾ ਵੀ ਇੱਕ ਅਖਬਾਰ ਦੇ ਵਿੱਚ ਆਰਟੀਕਲ ਛਪਿਆ ਇਸੇ ਮੁੱਦੇ ਤੇ। ਹਾਂ, ਮੈਂ ਪੂਰਾ ਅਖਬਾਰ ਉਹ ਪੜ੍ਹਿਆ ਨਹੀਂ ਹੈ, ਪਰ ਮੈਂ ਜਾਨੀ ਕਿ ਚੱਲਦੇ ਚੱਲਦੇ ਉਹਨੂੰ ਦੇਖਿਆ ਜ਼ਰੂਰ ਹੈ, ਜ਼ਰੂਰ ਪੜ੍ਹੂੰਗਾ। ਮੈਂ ਤੁਹਾਨੂੰ ਉਹੀ ਕਹਿ ਰਿਹਾ ਹੈਗਾ, ਆਮ ਆਦਮੀ ਪਾਰਟੀ ਦਾ ਜਨਮ ਵੀ ਇਸੇ ਚੱਕਰ 'ਚ ਹੀ ਹੋਇਆ ਸੀ। ਅੱਜ ਕਈ ਵਾਰੀ ਲੋਕ ਸਵਾਲ ਉਠਾ ਦਿੰਦੇ ਹੈਗੇ ਆ, ਮੈਂ ਜਦੋਂ ਇਹ ਪੋਸਟ ਪਾਈ ਤੇ ਦਿੱਲੀ ਦੇ ਵਿੱਚ ਤੁਸੀਂ ਪੈਨਸ਼ਨਾਂ ਬੰਦ ਕਰਤੀਆਂ, ਲੋਕਾਂ ਦਾ ਇਹ ਸਵਾਲ ਸੀ ਪਹਿਲਾਂ ਜੀ। ਯਾਰ ਜਦੋਂ ਸਾਰਿਆਂ ਤੋਂ ਪਹਿਲਾਂ ਦਿਮਾਗ ਦੇ ਵਿੱਚ ਇੱਕ ਖਿਆਲ ਆਉਂਦਾ ਹੈਗਾ, ਜੇਕਰ ਚੰਦਰਮਾ ਦੇ ਉੱਤੇ ਜਾਣਾ ਸੀ ਪਹਿਲਾਂ ਅਸੀਂ ਸੋਚਿਆ ਕਿ ਚੰਦਰਮਾ ਦੇ ਜਾਣਾ ਹੈ, ਜਦੋਂ ਤੁਸੀਂ ਸਪਨਾ ਲੈਂਦੇ ਹੋ ਸਪਨੇ ਸਾਕਾਰ ਹੁੰਦੇ ਆ। ਜੇ ਆਮ ਆਦਮੀ ਪਾਰਟੀ ਨੇ ਇਹ ਸੋਚਿਆ ਕਿ ਪੈਨਸ਼ਨਾਂ ਬੰਦ ਕਰਨ ਇੱਕ ਹੋਣੀ ਚਾਹੀਦੀ ਹੈ, ਅਤੇ ਅੱਜ ਇਹ ਸਾਡੀ ਸੋਚ ਹੈ ਅਤੇ ਕੱਲ੍ਹ ਨੂੰ ਅਸੀਂ ਇੰਪਲੀਮੈਂਟ ਵੀ ਕਰਾਂਗੇ। ਔਰ ਜਿੱਥੋਂ ਤੱਕ ਦਿੱਲੀ ਦਾ ਸੰਬੰਧ ਹੈਗਾ, ਆਪਾਂ ਨੂੰ ਪਤਾ ਹੋਣਾ ਚਾਹੀਦਾ ਦਿੱਲੀ ਪੂਰਨ ਸਟੇਟ ਨਹੀਂ ਹੈ, ਔਰ ਇੱਕ ਫਾਈਨੈਂਸ਼ੀਅਲ ਮੈਟਰ ਹੈਗਾ, ਇਸ ਨੂੰ ਅਲਟੀਮੇਟਲੀ ਪਾਸ ਗ੍ਰਹਿ ਮੰਤਰਾਲੇ ਨੇ ਜਾਂ ਕੇਂਦਰ ਸਰਕਾਰ ਨੇ ਕਰਨਾ। ਗਰਗ ਸਾਹਿਬ, ਜਿਹੜਾ ਆਪਾਂ ਹੁਣ ਜ਼ਿਕਰ ਕੀਤਾ ਸੀ ਪੈਨਸ਼ਨਾਂ 'ਤੇ ਜਿਹੜੇ ਲੈ ਰਹੇ ਭੱਤੇ ਲੈ ਰਹੇ ਆ ਪੋਲੀਟੀਕਲ ਲੋਕ, ਇਹਦੇ ਵਿੱਚੋਂ ਇੱਕ ਵੱਡਾ ਅਖਬਾਰ ਹੈ ਪੰਜਾਬੀ ਟ੍ਰਿਬਿਊਨ, ਉਹਨਾਂ ਨੇ ਨਿਊਜ਼ ਦੋ ਤਿੰਨ ਦਿਨ ਪਹਿਲੇ ਆਈ ਹੈ, ਬਹੁਤ ਫਰੰਟ ਪੇਜ 'ਤੇ ਆਈ ਹੈ ਕਿ ਬਹੁਤ ਸਾਰੇ ਜਿਹੜੇ ਪੋਲੀਟੀਕਲ ਐਮਐਲਏਜ਼ ਨੇ, ਵਿਧਾਨ ਮੰਤਰੀ ਨੇ, ਵਿਧਾਇਕ ਨੇ, ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਇਸ ਮਹਾਂਮਾਰੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ, ਅਸੀਂ ਆਪਣੀ ਬੇਸਿਕ ਸੈਲਰੀ ਜਿਹੜੀ ਹੈ ਉਹ ਸਰਕਾਰ ਨੂੰ ਦੇ ਰਹੇ ਹਾਂ। ਅਤੇ ਪਰ ਜਿਹੜਾ ਅਸਲੀਅਤ ਸਾਹਮਣੇ ਜਿਹੜੀ ਲਿਆਉਂਦੀ ਹੈ ਪੰਜਾਬੀ ਟ੍ਰਿਬਿਊਨ ਨੇ ਕਿ ਸਿਰਫ 3 ਐਮਐਲਏਜ਼ ਨੇ ਹੀ ਉਹ ਦਾਨ ਕੀਤੀ, ਔਰ ਉਹ ਵੀ ਕਾਂਗਰਸ ਪਾਰਟੀ ਦੇ ਨੇ, ਸੱਤਾਧਾਰੀ ਧਿਰ ਦੇ ਨੇ। ਕੀ ਕਹਿਣਾ ਚਾਹੋਗੇ ਇਸ 'ਤੇ? ਦੇਖੋ, ਟ੍ਰਿਬਿਊਨ ਇੱਕ ਬੜਾ ਭਰੋਸੇਦਾਰ ਯਾਨੀ ਕਿ ਅਖਬਾਰ ਹੈਗਾ ਜੀ, ਜੇਕਰ ਉਹ ਉਸਨੇ ਇਸ ਤਰ੍ਹਾਂ ਦੀ ਖਬਰ ਛਾਪੀ ਹੈ ਤਾਂ ਬਿਲਕੁਲ ਸੋਚਣ ਵਾਲੀ ਬਣਦੀ ਹੈ, ਕਿਉਂਕਿ ਆਪਾਂ ਪਿਛਲੇ ਦਿਨਾਂ 'ਚ ਬਹੁਤ ਪੜ੍ਹਿਆ, ਬਹੁਤ ਸਾਰੇ ਲੀਡਰਾਂ ਨੇ ਅਨਾਊਂਸ ਕੀਤਾ ਕਿ ਅਸੀਂ ਆਪਣੀ ਇੱਕ ਮਹੀਨੇ ਦੀ ਸੈਲਰੀ, ਕਈਆਂ ਨੇ ਇਹ ਆਖਿਆ ਪੂਰੇ ਸਾਲ ਦੀ ਮੈਂ 30% ਸੈਲਰੀ, ਜਿੱਦਾਂ ਅਮਨ ਅਰੋੜਾ ਜੀ ਨੇ ਸਾਡੇ, ਠੀਕ ਹੈ ਨਾ, ਪਰ ਮੈਨੂੰ ਇੱਕ ਚੀਜ਼ ਮੈਂ ਸਮਝ ਤੋਂ ਬਾਹਰ ਹੈਗੀ ਹੈ। ਦੇਖੋ, ਅਮਨ ਅਰੋੜਾ ਜੀ ਨੇ ਲੈਟਰ ਲਿਖ ਕੇ, ਔਰ ਲੈਟਰ ਪਬਲਿਕ ਡੋਮੇਨ ਦੇ ਵਿੱਚ ਹੈਗੀ ਹੈ, ਮੁੱਖ ਮੰਤਰੀ ਸਾਹਿਬ ਨੂੰ ਲੈਟਰ ਲਿਖੀ, ਪਹਿਲਾਂ ਉਹਨਾਂ ਨੇ ਇੱਕ ਮਹੀਨੇ ਸੈਲਰੀ ਦੀ ਲੈਟਰ ਲਿਖੀ, ਉਸ ਤੋਂ ਬਾਅਦ ਉਹਨਾਂ ਨੇ ਪੂਰੇ ਸਾਲ ਦੀ ਜਿਹੜਾ ਹੈਗਾ 30% ਜਿਹੜੀ ਆਪਣੀ ਸੈਲਰੀ ਘੱਟ ਲੈਣ ਦੀ ਗੱਲ ਕੀਤੀ, ਠੀਕ ਹੈ ਨਾ। ਹੋ ਸਕਦਾ ਉਹ ਜਿਹੜੀ ਲੈਟਰ ਹਾਲੇ ਪ੍ਰੋਸੈਸ ਨਾ ਹੋਈ ਹੋਵੇ, ਪਰ ਉਹਨਾਂ ਨੇ ਲੈਟਰ ਲਿਖੀ, ਪਬਲਿਕ ਡੋਮੇਨ ਦੇ ਵਿੱਚ ਹੈ, ਜਦੋਂ ਤੁਸੀਂ ਉਹਨਾਂ ਨੂੰ ਟੈਗ ਕਰਕੇ ਟਵੀਟ ਕਰਦੇ ਹੋ ਤਾਂ ਲੈਟਰ ਤਾਂ ਆਟੋਮੈਟਿਕਲੀ ਉਹਨਾਂ ਕੋਲ ਪਹੁੰਚ ਹੀ ਗਈ, ਠੀਕ ਹੈ ਨਾ। ਪਰ ਇਹ ਸੋਚਣ ਦੀ ਗੱਲ ਜ਼ਰੂਰ ਹੈ ਵੀ ਇਹ 3 ਦਾ ਹੀ ਨਾਮ ਕਿਉਂ ਆ ਰਿਹਾ ਹੈਗਾ, ਵੀ ਕਿਤੇ ਟੈਕਨੀਕਲ ਫਾਲਟ ਹੈ ਜਾਂ ਸੱਚਮੁੱਚ ਕਿਤੇ ਫਾਲਟ ਹੈਗਾ। ਅਤੇ ਜੇਕਰ ਨੈਚੁਰਲੀ ਹੈ, ਹੁਣ ਤਾਂ ਇਹ ਚੱਲ ਰਿਹਾ ਲੋਕਡਾਊਨ ਚੱਲ ਰਿਹਾ, ਹੋਰ 2 ਮਹੀਨਿਆਂ ਨੂੰ ਜਾਂ 3 ਮਹੀਨਿਆਂ ਨੂੰ ਇਹਦੀ ਆਰਟੀਆਈ ਜ਼ਰੂਰ ਮੰਗਾਂਗੇ ਅਸੀਂ, ਠੀਕ ਹੈ, ਕਿਉਂਕਿ ਆਰਟੀਆਈ ਬੰਗੜੀ ਬਣਦੀ ਹੈ, ਕਈ ਵਾਰੀ ਹੁੰਦਾ ਖਬਰ ਲਵਾ ਲੈਣੀ ਅਲੱਗ ਚੀਜ਼ ਹੈਗਾ, ਠੀਕ ਹੈ ਨਾ, ਅਤੇ ਉਸ ਦੇ ਉੱਤੇ ਅਮਲ ਕਰਨਾ ਅਲੱਗ ਚੀਜ਼ ਹੈਗਾ। ਗਰਗ ਸਾਹਿਬ, ਜਿਸ ਤਰ੍ਹਾਂ ਸਟੇਟ ਦੀ ਇਕਨੋਮੀ ਦੀਆਂ ਦੁਹਾਈਆਂ ਪਾ ਰਹੇ ਆ ਕੈਪਟਨ ਸਾਹਿਬ, ਅਤੇ ਚਲੋ ਸਟੇਟ ਦੀ ਇਕਨੋਮੀ ਦੇ ਵਿੱਚ ਵੀ ਗਿਰਾਵਟ ਆਈ ਹੈ, ਪਰ ਜਿਹੜੇ ਆਮ ਲੋਕਾਂ ਦੀ ਇਨਕਮ ਹੈ, ਜ਼ਿਆਦਾਤਰ ਤਬਕਾ ਮੱਧ ਵਰਗ ਹੈ, ਜਿਹੜਾ ਗਰੀਬ ਵਰਗ ਹੈ, ਉਹਨਾਂ ਦੀ ਇਨਕਮ ਤਾਂ ਬਿਲਕੁਲ ਠੱਪ ਹੋ ਗਈ ਹੈ, ਕੋਈ ਇੱਕ ਪੈਸਾ ਵੀ ਨਹੀਂ ਆ ਰਿਹਾ, ਬਲਕਿ ਲੱਗ ਹੀ ਰਿਹਾ ਜੇਬ 'ਚੋਂ। ਅਤੇ ਜਿਹੜੀਆਂ ਹੋਰ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਹੈ, ਜਿਵੇਂ ਦਿੱਲੀ ਦੀ ਸਰਕਾਰ ਲਾ ਲਓ, ਕਾਫੀ ਰਾਹਤ ਦੇ ਰਹੇ ਹੈ, ਜਿਵੇਂ ਚਲੋ ਬਿਜਲੀ ਦੇ ਬਿੱਲ ਲਾ ਲਓ, ਪਾਣੀ ਦੇ ਬਿੱਲ ਲਾ ਲਓ, ਮਾਫ਼ ਕੀਤੇ ਹੈ। ਅਤੇ ਹਰਿਆਣਾ ਸਰਕਾਰ ਨੇ ਵੀ ਥੋੜ੍ਹੇ ਦਿਨ ਪਿੱਛੇ ਪਹਿਲਾਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਅਖਬਾਰਾਂ ਦੇ ਵਿੱਚ ਕਿ ਉਹਨਾਂ ਨੇ ਵੀ ਕੋਈ ਰਿਆਇਤ ਦਿੱਤੀ ਹੈ ਬਿਜਲੀ ਦੇ ਬਿੱਲਾਂ ਦੇ ਵਿੱਚ, ਪਰ ਇੱਥੇ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਹੈ, ਕੋਈ ਰਿਆਇਤ ਨਹੀਂ ਲੋਕਾਂ ਲਈ। ਕੀ ਕਹਿਣਾ ਚਾਹੋਗੇ, ਕੀ ਵਿਰੋਧੀ ਧਿਰ ਕੀ ਦਬਾਅ ਪਾਊਗੀ ਸਰਕਾਰ 'ਤੇ? ਦੇਖੋ, ਸਰਕਾਰ ਨਾ ਗੱਲਾਂ ਦਾ ਕੜਾਹ ਬਣਾ ਰਹੀ ਹੈ ਸਿਰਫ, ਤੁਸੀਂ ਦੇਖੋ ਆਪਾਂ ਕਨੇਡਾ ਦੀ ਸਰਕਾਰ ਨੂੰ ਦੇਖ ਲਈਏ ਜੀ, ਅਸੀਂ ਅਮਰੀਕਾ ਦੀ ਸਰਕਾਰ ਨੂੰ ਦੇਖ ਲਈਏ, ਉਹਨਾਂ ਨੇ ਕਿਸ ਤਰੀਕੇ ਨਾਲ ਫਾਈਨੈਂਸ਼ੀਅਲੀ ਜਿਹੜਾ ਹੈਗਾ, ਜਦੋਂ ਤੁਸੀਂ ਲੋਕਡਾਊਨ ਲਾਇਆ ਤਾਂ ਨੈਚੁਰਲੀ ਲੋਕਾਂ ਦੀ ਇਨਕਮ ਤਾਂ ਰੁਕਣੀ ਹੈਗੀ ਹੈ, ਫਾਈਨੈਂਸ਼ੀਅਲੀ ਉਹਨਾਂ ਨੇ ਉਹਨਾਂ ਨੂੰ ਹੈਲਪ ਕੀਤੀ। ਆਪਾਂ ਜਦੋਂ ਤੁਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਆ ਵੀ ਸਰਕਾਰ ਨੇ ਦੇਣਾ ਤਾਂ ਕੀ ਆ, ਸਾਨੂੰ ਦੇ ਦਿਓ, ਪੀਐਮ ਕੇਅਰ ਫੰਡ ਦੇ ਵਿੱਚ ਦੇ ਦਿਓ, ਸਾਨੂੰ ਸੀਐਮ ਕੇਅਰ ਫੰਡ ਦੇ ਵਿੱਚ ਦੇ ਦਿਓ। ਮੈਂ ਇਸ ਦੇ ਖਿਲਾਫ ਨਹੀਂ ਹਾਂ, ਬਿਲਕੁਲ ਦੇਣਾ ਚਾਹੀਦਾ ਹੈਗਾ, ਅਤੇ ਉੱਤੋਂ ਉਹਦਾ ਆਡਿਟ ਵੀ ਨਹੀਂ ਹੋਣਾ
हरसिमरत बादल कौर जिहड़े साडे मानयोग केंद्रीय मंत्री ने ओह कह रहे ने कि सेंटर तो 1,42,00,000 लोगों वास्ते राशन आया पंजाब दे विच ग्राउंड ते किते पहुंचा नहीं हैगा तो राशन कित्थे गया ते जे किते इन्हां ने वंडिया भी यानी कि पंजाब सरकार ने तो वह कैप्टन साहब दीयां यानी कि फोटोआं ला के वह कर करा के इन्हां ने वंडता वह भी यह देखा गया कि इन्हां दे जिहड़े हैगे आ भी ज किस तरीके नाल जिहड़े हैगे इन्हां दे छोटे लैवल दे जिहड़े लीडर सी कि अपनियां वोटां किवें पक्कियां कीतियां जाण। मेरे ध्यान दे विच तां इह वी आया साडे किसे वलंटियर ने फोन कीता सी, मैं बठिंडे दी गल करां, उसने मतलब कोई संबंधित अधिकारियों नूं फोन कीता नगर निगम दे विच कि फलाने फलाने एरिए दे विच जिहड़ा हैगा राशन नहीं पहुंचिया। अगर जवाब पता की मिलता है ये कांग्रेस के दफ्तर के दस दौ लानत यह जे सिस्टम दे यार हूँ कांग्रेस के दफ्तर जाके दसनगे रिस्पोंसीबिलिटी सरकार की है या कांग्रेस की है, ठीक है ना। और दूसरी गल जी हैगी है सब तो वड्डी मार किसनों पई हैगी है, सब तो वड्डी मार जी हैगी मध्य वर्ग में पई है। जेकर हिंदुस्तान के रुजगार सब तो वध दिंदा मध्य वर्ग दिंदा, छोटा दुकानदार एक दुकान पर 5-4 बंदे काम करते होंगे, छोटिया फैक्ट्रियां आम लोग जिहड़े यानी कि जिहड़े काम करते हैं उन्होंने तो काम रुक गया। एक दुकानदार नूं तुसीं कह रहे हो वह बिजली का बिल भी भरे, वो इंपलाई की पूरी तनखा भी दे, ठीक है ना, वो इनकम टैक्स भी दे, वो दुकान का किराया भी दे, वो सारा कुछ ही दे, ठीक है ना। दूसरे बन्ने तुसीं आपदे जिहड़े सरकारी मुलाजम ने उन्होंने उत्ते तुसीं कट ला रहे हो, उन्होंने तुम तनखाह कट रहे हो, उन्होंने तुम डीए फ्रीज कर रहे हो। और मोदी साहब के बहुत ही नज़दीकियां की जी इंडस्ट्री है, ठीक है ना, वो इंडस्ट्री कहती है असं 15 to 50% जोड़ा सैलरी कटांगे। मोदी साहब आम छोटे दुकानदार छोटे यानी कि इंडस्ट्रियलिस्ट तो यह कह रहे हैं तनखाह दो, बिल्कुल देनी बनती है, ये प्रॉब्लम इदा दी सू एक दूजे का साथ देना देना चाहिए है। तो फिर मोदी साहब वो बारे भी कुछ दसते हैं, सानू कह रहे दान दो अपने उस टाइम पर RTI के थ्रू RBI इनफॉर्मेशन देती हैगी है हिंदुस्तान के 50 जिहड़े यानी कि विलफुल जिहड़े हैगे डिफॉल्टर हैगे उन्हां दा 68,607 करोड़ रुपया राइट ऑफ करता। गर्ग साहब इत्थों एक सवाल निकलता है कि चलो सरकार ने तो अपनी ड्यूटी तो भजदी दिख रही है तो हमेशा तो अपना इतिहास ही रहा है ते, लेकिन विरोधी धिर ने जिहड़ा हुण बदले हुए हालातों के मुताबिक जिस तरह सारे कह रहे सिक्ख्या जिहड़े माहर ने वह भी कह रहे हैं कि भाई सिक्ख्या की जिहड़ी नीति है उस भी अगे के फ्यूचर वास्ते बदलाव करना पऊगा, होर भी जिहड़ियां हैगियां संस्थावां उह बदलाव दे लई अपनी प्लैनिंग बना रही जुट गई हैं, तो विरोधी धिर ने की अपना जिहड़ा जिहड़ा दबाव पाउण वास्ते कोई नवीं रणनीति जी सोशल मीडिया का सहारा लैके जां कोई होर तरीके इस लॉकडाउन के अगले टाइम के सोचा कुछ। देखो एक थां ते असीं अपोजिशन चा एक थां ते असीं सरकार चा जी, मैं पहला दिल्ली की गल करूँगा, दिल्ली के देखिया कि किस तरीके दे नाल असीं उत्थे लॉकडाउन के दरम्यान सब तो पहला जदों मैं अपनी गल की शुरुआत की सी लॉकडाउन कोई इलाज नहीं है, लॉकडाउन वो टाइम हैगा जदों तुसीं प्रबंध करने हैं जी। दिल्ली की सरकार ने अज 1,00,000 बैड जिहड़े हैगे है वह तैयार कर चुकी है, वेंटीलेटर की कोई कमी नहीं, PPE किटा की कोई कमी नहीं, मास्कों की कोई कमी नहीं, ईवन जिहड़े यानी कि कोरोना वारीयरस ने, ठीक है ना, 1 करोड़ रुपये जो मिसहैपनिंग कोई हो जाती है तो उन्होंने 1 करोड़ रुपए का यानी कि मुआवजा भी है, डॉक्टरों के रहने वास्ते 5-star होटलों के स्टे का अरेजमेंट किया हुआ है, वो सारा कुछ किया। उस तो इलावा जो गरीब तबका है मान लो कोई रेहड़ी लगा है कोई आटो यानी कि ड्राइवर हैगा ज होर लोग ने उन्होंने 5,000 रुपया जोड़ा है वह हर महीने उन्होंने खाते के जा रहा है। और तीसरी गल जो है राशन जोड़ा है जिन्हें कार्ड बने हुए हैं उन्होंने भी जे किसी का कार्ड नहीं भी बनया वो कहता बाद देखेंगे, इस वक्त उन्होंने राशन की लड़ है उन्होंने कूपन के थ्रू राशन दिता है ता कि हर एक बंद राशन इंश्योर हो जाए। उस तो इलावा तकरीबन 10 लाख लोगों जोड़ा है डेली जोड़ा है बनया हुआ खाना वो जोड़ा है शैल्टर होम के प्रोवाइड किया जाता कोई बंदा आके उ खा सकता है, ये तो वह है जिते साढ़े को पावर है असं कुछ कर सकते हैं। पंजाब असी हूँ एक नवी कंपेन असी परसों चौथी शुरू की हैगी है COVID-19 के उत्ते एक कॉलिंग कंपेन हैगी है जिस पंजाब दे कोने कोने दे विच जिहड़े साडे वलंटियर्स ने वो एक आटोमैटिक एक सिस्टम हैगा कॉल करते हैं कॉल दे नाल उस ते कि पंजाब दे किसे किते भी जाके वो कॉल जिहड़ी जुड़ जाती हैगी है उस कॉल दे विच फिर उन्हां नूं COVID-19 बारे भी जानकारी दित्ती जाती है बचाव के संबंधों बारे भी दित्ती जाती है उन्हां नूं मोटीवेट भी किया जाता क्योंकि एक्चुअली सारे तो वड्डी प्रॉब्लम जिहड़ी आ जा रही है ना आर्थिक प्रॉब्लम भी हैगी है भुखमरी की प्रॉब्लम भी हैगी है उस तो इलावा इकलापन महसूस करना तो जिहड़ा है
डिप्रैशन जिहड़ा वह भी एक बहुत वड्डी समस्या हैगी है। फिलहाल जिहड़ा हैगा असीं इन्हां वर्क चीज़ां दे उत्ते जरूर काम कर रहे हैगे, कॉलिंग दे थ्रू लोगों को मोटीवेट कर रहे हैं, लोगों को समझा रहे हैं एक चंगे नागरिक बनने की उन्होंने जानि कि नसीहत और अपील कर रहे हैं। और दूसरा नालों नाल जिहड़ा हैगा असीं जिहड़ा मोर्चा संभालिया होया सरकार नूं भी टाइम टू टाइम असीं हैल्दी सुजैशन दे रहे हैं, असीं क्रिटिसाइज़ नहीं करते क्योंकि वक्त सियासत करन दा है ही नहीं है, जे जिंदा रहे तो सियासत कर लवांगे, ठीक है ना, सियासत करन दा बहुत टाइम पिया हैगा। सरकार नूं भी समय समय से जताउंदे असीं रहिंदे हैगे आ, तुसीं देखिया होना चाहे वह चैनल असीं हर मीडिया यूज़ करते हैं, तुसीं गल करन दा सानूं मैं तुसीं फोन किया, मैं एकदम थोड़े तुसीं आ जाओ क्योंकि मैनूं पता हैगा कि तुहाडा एक जिहड़े डी न्यूज़ जिहड़ा हैगा एक चैनल के थ्रू जिहड़ी साडी गल है लखां लोगों को पहुँच सकती हैगी है। लोगों ने मैं तुहाडे चैनल के माध्यम राही एक जरूर अपील करांगा कि भरावो जानि कि आपकी सहायता आप करो, ठीक है ना, जिहड़ा करोना हैगा तुहाडे घर अपने आप नहीं आ सकता, ठीक है ना, करोना तां ही आऊगा जेकर तुसीं बाहरों इस नूं लैके आओगे, बिना जरूरत तो घरों बाहर ना निकलो, इहदा पूरा ख्याल रखो, हाथ बार बार धोंदे रहो जिहड़ा हैगा, ते दूरी बना के रखो, मास्क लगा के रखो। सर इत्थे मैं एक ऐड करनी चाहवांगा, लोग इह ना सोचन की फर्क पैंदा, फर्क तां पैंदा हैगा, फर्क तुहानूं ही पैंदा हैगा, जे तुसीं नहीं बोलोगे तां कौन बोलेगा, पाकिस्तानी आ के बोलणगे, बिल्कुल ठीक है ना, फर्क सानूं पैंदा है, फर्क सारे पंजाबियों नूं पैंदा, सारे हिंदुस्तानियों नूं पैंदा, बोलना तुहानूं ही पएगा क्योंकि बाहरों आके किसी ने जानि कि मंगल ग्रह तों आके तुहाडे हक्कां लई नहीं लड़ना, तुसीं अपने हक्कां लई आप लड़ना, आवाज बुलंद करनी पैनी है। बिल्कुल सही कहनी गर्ग साहब। गर्ग साहब जिहड़ा हुण एक जिहड़ी महामारी करोना वायरस ते आपां आउणे आ, सारी दुनिया नूं लगभग कलामे च लै लिया, तो पंजाब दे विच लगातार कह लो कि पेपरां दी जिहड़ी हैडलाइन सुरखियां कि धमाके तो धमाके हो रहे हैं, बठिंडा जिहड़ा बचा होया सीगा ते उस तों अपने भी इत्थे काफ़ी आ चुके ने करोना वायरस के जिहड़े मरीज़ ने, ते पर एक चीज़ गर्ग साहब पंजाब सरकार की जिहड़ी है मैं समझना एक तरह का फेलीअर कह सकते हैं कि जिहड़ा कि फैसले लैण का फेलीअर, तुसीं देखो कि जिस तरह शुरुआत हुई सी उदों मरीज़ भी घट सीगे तकरीबन ना दे वांगू सी, ते उस वक्त जिहड़ा इन्हां ने चलो भारत प्रधानमंत्री ने लॉकडाउन किया पूरे देश नूं, ते इन्हां ने चक के उपर करफ्यू लगाता पूरा जिहड़ा कि किसी अपने देश दे सूबे दे विच नहीं लग्या सी, ते उस तो बाद की होया कि जदों हुण लगातार मरीजां दे गिनती च वाधा हो रहा है, तो हुण की है कि थोड़ा थोड़ा काफ़ी खुल दिती हुई, जिस तरह बठिंडे दे विच देखिए तो अज काफ़ी बाजार भी खुले ने, लोगों की चहल पहल भी वध रही है, ये की चक्कर है जी? इस देखो कल्ला पंजाब सरकार नहीं, हाँ जी सेंटर सरकार के पद्धर के उत्ते भी बहुत सारिया गलतियां हुई ने, बिल्कुल ठीक है ना, असी सारे हिंदुस्तानी एक मुठा सरकार के नाल हाँ, जो कि महामारी के मतलब हाँ महामारी ना कोई धर्म देख के आँदी है तो ना कोई जात देख के आँदी ना कोई सूबा देख के आँदी, महामारी तो महामारी है। सारों नालों पहली गलती कितने हुई, जो लॉकडाउन लाया गया नोटबंदी की तरह इमीडिएटली और लगा दिता गया, चाहिए उस वक्त यह सी कि 48 घंटे या 72 घंटे दिते होंगे कि जेडे बंद ने अपने घर पहुंचना, क्योंकि बहुत सारे हिंदुस्तान एड्डा वड्डा मुल्क हैगा, कोई बंदा कितने स्टूडेंट हैगा, कोई श्रद्धालु जिदा हुण तुसीं देखो हजूर साहब साढ़े उत्थे गए हुए सी, बहुत सारे मजदूर गए हुए सी, इधर भी मजदूर आए हुए स्टूडेंट भी गए हुए हैं, उन्होंने किसी ने मौका ही नहीं दिता कि वह अपने घर पहुँच सकन, एकदम सारा कुछ लॉकडाउन ला के सब कुछ बंद कर दिता गया। अज जो ये बीमारी उदों 500 के आस पास केस से सारे हिंदुस्तान के उदों तो असी लॉकडाउन लाता, अज जो 41,000 केस हो गए लॉकडाउन खोलता, अल्टीमेटली जो लॉकडाउन है लॉकडाउन कोई हल नहीं है, लॉकडाउन जिहड़ा हैगा ये वधिया हैगा कि जे लॉकडाउन ना लाया हुंदा तां हिंदुस्तान दे विच जिहड़ी है मोर्टैलिटी रेट बहुत ज़्यादा होना सी, लखां दी गिनती दे विच तादाद मरीजां दी होनी सी, इहदे नाल सानूं बचा होया, पर लॉकडाउन कोई हल है, लॉकडाउन कोई ट्रीटमेंट तां नहीं, सरकार ये दस्से सानूं इस अज 43-44 दिन सानूं घरां दे विच डक्कियां नूं हो गए, ठीक है ना, लोगों ने भी पूरा साथ दिता कि इन्हां 44-45 दिनां दे विच सरकार ने एक टाइम बाइक करना हुंदा हैगा, सरकार ने प्रबंध की कीते, किन्ने हस्पताल बनाए कोविड-19 दे नाल लड़न वास्ते, किन्ने बैड तैयार किए, किन्ने आइसोलेशन सेंटर तैयार किए, किन्नियां पीपीई किटां ते हो अरेंज कीतियां, किन्ने टेस्ट अरेंज किए, उस दे तक कोई गल करन नूं तैयार नहीं हैगा, ते तुसीं लॉकडाउन कदों तक लगा के रखोगे, हुण इत्थों दी गल सुन लो, ते अज जदों लॉकडाउन तुसीं खोल रहे हो इकोनमी थोड़ी टुट रही हैगी है, इको ना कितें पढ़िया हैगा कि असीं मरीज़ का बुखार देखते रह गए और मरीज़ मारी गया, मरीज़ मर गया असीं उहदा बुखार देखते रह गए, अज हालात वो हो गए ने, इन्ने बंदे तो शायद करोना के नाल ना मरन जिन्ने बंदियां दा जानि कि हैगा भुखमरी का शिकार होने जा रहे हैगे आ, अज जदों तो यह मजदूर ने, अज देखो पंजाब दे विच 10 लाख के आस पास मजदूर हैगा, इन्हां 10 लाख मजदूरों के 7 लाख के आस पास जो सरकारी अंकड़े कहिंदे आ वो लुधियाने च हैगा, अज वो इन्होंने एक फॉर्म जिहड़ा हैगा ऑनलाइन खोलिया कि जिन्हें बाहर जाना उसनों रजिस्टर करो, 6 लाख जानि कि मजदूरों ने अपने आप नूं रजिस्टर करता, एक बन्ने कैप्टन साहब भी कहिंदे कि हुण जिहड़ा हैगा असीं इंडस्ट्री खोलण जा रहे हैं, एक बन्ने अगे झोने का सीजन आ रहा है, जो सानू उन्हां मजदूरों की जरूरत है उदों असीं उन्हां नूं बाहर भेज रहे हैं,
ਤੇ ਜਦੋਂ ਉਹਨਾਂ ਨੂੰ ਜਾਣਾ ਚਾਹੀਦੇ ਸੀ ਉਦੋਂ ਉਹਨਾਂ ਨੂੰ ਜਾਣ ਵਾਸਤੇ ਟਾਈਮ ਨਹੀਂ ਦਿੱਤਾ ਜੀ। ਅਕਾਲੀ ਕਾਂਗਰਸ ਦੇ ਉੱਤੇ ਲੱਗੇ ਹੋਏ ਆ, ਕਾਂਗਰਸ ਅਕਾਲੀਆਂ ਦੇ ਉੱਤੇ ਲੱਗੇ ਹੋਈ ਹੈ, ਜਿਹੜੇ ਕਿ ਮੋਡਸ ਆਪਰੈਂਡੀ ਜਿਹੜਾ ਹੈਗਾ ਸਟੈਂਡਰਡ ਪ੍ਰੋਸੀਜਰ ਓਪਰੇਟਿੰਗ ਪ੍ਰੋਸੀਜਰ ਸੀ ਕਿ ਉਸਨੂੰ ਅਡਾਪਟ ਕੀਤਾ। ਚਾਹੀਦਾ ਤਾਂ ਇਹ ਸੀ ਕਿ ਸ਼ਰਧਾਲੂਆਂ ਨੂੰ ਉੱਥੋਂ ਜਦੋਂ ਲੈ ਕੇ ਆਏ ਉੱਥੇ ਸਿਰਫ ਇਹਨਾਂ ਨੇ ਸਕਰੀਨਿੰਗ ਕੀਤੀ, ਉੱਥੇ ਟੈਸਟ ਹੋਣਾ ਚਾਹੀਦਾ ਸੀ। ਟੈਸਟ ਕਰਦੇ ਦੋ ਦਿਨ ਲੇਟ ਚੱਲ ਪੈਂਦੇ, ਜਿਨ੍ਹਾਂ ਦੇ ਜਿਹੜੇ ਨੈਗੇਟਿਵ ਸੀ ਉਹਨਾਂ ਨੂੰ ਅੱਡ ਬੱਸਾਂ ਦੇ ਵਿੱਚ ਲੈ ਕੇ ਆਉਂਦੇ, ਜੇ ਕੋਈ ਪੋਜ਼ਿਟਿਵ ਸੀ ਉਹਨਾਂ ਨੂੰ ਅੱਡ ਬੱਸਾਂ ਦੇ ਵਿੱਚ ਲੈ ਕੇ ਆਉਂਦੇ ਤੇ ਇੱਥੇ ਪ੍ਰਬੰਧ ਕਰਦੇ। ਔਰ ਕਿੰਨਾ ਨਕਾਰਾ ਪ੍ਰਬੰਧ ਨੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਿਆ, ਬਿਲਕੁਲ ਤਰਨ ਤਰਨ 'ਚ ਦੇਖਿਆ। ਔਰ ਕਿਸ ਤਰੀਕੇ ਨਾਲ ਇਹਨਾਂ ਦੇ ਦਿੱਤੀਆਂ ਹੋਈਆਂ ਡਾਇਰੈਕਸ਼ਨਾਂ ਜਿਹੜੇ ਅਧਿਕਾਰੀ ਉਹ ਮੰਨਦੇ ਆ ਉਹ ਵੀ ਸਾਰੇ ਦੇਖ ਰਹੇ ਆ। ਬਠਿੰਡੇ ਦੇ ਵਿੱਚ ਖੁੱਲ ਦਿੱਤੀ ਪ੍ਰਸ਼ਾਸਨ ਨੇ, ਲੋਕ ਟੁੱਟ ਕੇ ਪੈ ਗਏ ਉੱਥੇ ਯਾਰ। ਯਾਰ ਤੁਸੀਂ ਜੇ ਜਿਸ ਬੰਦੇ ਨੂੰ ਜ਼ਰੂਰਤ ਹੈਗੀ ਹੈ ਉਹ ਬੰਦਾ ਜਾਵੇ ਉੱਥੇ ਆਪਣਾ ਸਮਾਨ ਲੈ ਕੇ ਘਰ ਆ ਜੇ, ਕੁਟੇਲ ਵਾਸਤੇ ਜਾ ਰਹੇ ਹੋ ਉੱਥੇ ਤੁਸੀਂ। ਇਹ ਮਹਾਮਾਰੀ ਹੈ, ਇਹ ਆਮ ਕੰਡੀਸ਼ਨ ਨਹੀਂ ਹੈ, ਇੱਕ ਐਮਰਜੈਂਸੀ ਦੀ ਕੰਡੀਸ਼ਨ ਹੈਗੀ ਹੈ। ਇਹ ਲੋਕਾਂ ਨੂੰ ਸਮਝਣਾ, ਲੋਕਾਂ ਨੂੰ ਵੀ ਸਮਝਣਾ ਚਾਹੀਦਾ, ਲੋਕਾਂ ਨੂੰ ਵੀ ਇੱਕ ਚੰਗੇ ਨਾਗਰਿਕ ਦੇ ਤੌਰ 'ਤੇ ਪੇਸ਼ ਆਉਣਾ ਚਾਹੀਦਾ ਇਹਦੇ ਉੱਤੇ। ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਹਰ ਕੰਮ ਜਿਹੜਾ ਹੈਗਾ ਪਬਲਿਕ ਦੇ ਉੱਤੇ ਨਾ ਛੱਡੇ, ਤੇ ਜਿਹੜਾ ਹੈਗਾ ਜਿਹੜੇ ਸਰਕਾਰਾਂ ਦੇ ਕਰਨ ਵਾਲੇ ਕੰਮ ਨੇ ਉਹ ਸਰਕਾਰਾਂ ਦੇ ਕਰਨ ਵਾਲੇ ਕੰਮ ਨੇ। ਔਰ ਇਕੱਲਾ ਲੋਕਡਾਊਨ ਤੁਸੀਂ ਬਹੁਤੀ ਦੇਰ ਤੱਕ ਰੱਖ ਨਹੀਂ ਸਕਦੇ, ਇਹ ਨਾ ਹੋਵੇ ਕੱਲ੍ਹ ਨੂੰ ਯਾਨੀ ਕਿ ਕਰੋਨਾ ਤਾਂ ਚੱਲ ਅੱਜ ਆਇਆ ਇਹਨੇ ਚਲੇ ਹੀ ਜਾਣਾ ਹੈਗਾ, ਤੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਇਸ ਤੋਂ ਜ਼ਿਆਦਾ ਯਾਨੀ ਕਿ ਲੋਕ ਜਿਹੜੇ ਭੁੱਖਮਰੀ ਦੇ ਨਾਲ ਮਰ ਜਾਣ ਸਾਡੇ ਹਿੰਦੁਸਤਾਨ 'ਚ। ਗਰਗ ਸਾਹਿਬ ਤੁਸੀਂ ਇਕਨੋਮੀ ਦਾ ਜ਼ਿਕਰ ਕੀਤਾ ਹੈ ਆਪਣੇ ਇਸ ਗੱਲਬਾਤ ਦੇ ਵਿੱਚ, ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਥੇ ਸ਼ਰਾਬ ਦੀ ਜਿਹੜੀ ਵਿਕਰੀ ਹੈ ਸ਼ਰਾਬ ਦੇ ਠੇਕਿਆਂ ਦੀ ਪਰਮਿਸ਼ਨ ਦਿੱਤੀ ਜਾਵੇ, ਸ਼ਰਾਬ ਵੇਚਣ ਦੀ ਪਰਮਿਸ਼ਨ ਦਿੱਤੀ ਜਾਵੇ। ਇਹ ਕੈਸਾ ਨਿਜ਼ਾਮ ਹੈ, ਇਹ ਕੈਸਾ ਪ੍ਰਬੰਧ ਹੈ, ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਨੇ, ਕਿਤਾਬ ਦੀ ਦੁਕਾਨ ਬੰਦ ਹੈ, ਅੱਜ ਹਾਲਾਤ ਇੱਥੇ ਆ ਗਏ ਆ। ਠੀਕ ਹੈ ਨਾ, ਇੱਕ ਤਾਂ ਮੈਂ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਸੀ, ਕਿਸੇ ਨੇ ਪਾਇਆ ਹੋਇਆ ਸੀ ਕਹਿੰਦਾ ਵੀ ਲੋਕ ਸਰਕਾਰ ਦੇ ਭਰੋਸੇ ਨਾ ਰਹਿਣ, ਸਰਕਾਰ ਤਾਂ ਖੁਦ ਸ਼ਰਾਬੀਆਂ ਦੇ ਭਰੋਸੇ ਹੈਗੀ ਹੈ। ਮਤਲਬ ਇਸ ਤੋਂ ਮਾੜੇ ਹਾਲਾਤ ਕੀ ਹੋਣਗੇ, ਅੱਜ ਸਾਡੀ ਇਕਾਨਮੀ ਦਾਰੂ 'ਤੇ ਆ ਕੇ ਟਿਕ ਗਈ। ਤੁਸੀਂ ਦੇਖੋ ਸਾਡੇ ਮੁਲਕ ਦੇ ਵਿੱਚ ਹੀ ਬਿਹਾਰ ਵੀ ਹੈਗਾ, ਗੁਜਰਾਤ ਵੀ ਹੈਗਾ, ਉੱਥੇ ਤਾਂ ਦਾਰੂ ਦੀ ਬੰਦੀ ਹੈਗੀ ਹੈ ਨਾ, ਉੱਥੇ ਤਾਂ ਕੋਈ ਦਾਰੂ ਨਹੀਂ ਵਿਕਦੀ, ਉਹਨਾਂ ਦਾ ਰੈਵੈਨਿਊ ਤਾਂ ਕੋਈ ਦਾਰੂ ਦਾ ਨਹੀਂ ਟਿਕਿਆ ਹੋਇਆ, ਉਹ ਵੀ ਤਾਂ ਸਰਵਾਈਵ ਕਰ ਹੀ ਰਿਹਾ ਨਾ, ਉਹ ਵੀ ਤਾਂ ਤਰੱਕੀ ਕਰ ਹੀ ਰਿਹਾ ਨਾ। ਇੱਕ ਹੋਰ ਰਿਪੋਰਟ ਸੀ ਛੱਤੀਸਗੜ੍ਹ ਦੀ ਕਿ ਉੱਥੋਂ ਦੀਆਂ ਜਿਹੜੀਆਂ ਲੇਡੀਜ਼ ਸੀ ਉਹ ਬੜੀਆਂ ਖੁਸ਼ ਸੀ ਕਿ ਪਿਛਲੇ 40-45 ਦਿਨ ਜਿਹੜਾ ਹੈਗਾ ਦਾਰੂ ਨਹੀਂ ਮਿਲੀ, ਸ਼ਰਾਬ ਨਹੀਂ ਮਿਲੀ, ਇਸ ਕਰਕੇ ਹੁਣ ਜਿਹੜਾ ਉਹ ਪੈਸਾ ਸੀ ਜਿਹੜਾ ਸ਼ਰਾਬ ਦੇ ਉੱਤੇ ਜਾਣਾ ਸੀ ਉਹਨਾਂ ਕੋਲ ਉਹ ਪੈਸੇ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਰਿਹਾ ਜੀ। ਕਿਉਂਕਿ ਸਭ ਤੋਂ ਵੱਧ ਜਿਹੜਾ ਹੈਗਾ ਨਾ ਇਸ ਦਾ ਜਿਹੜਾ ਨੁਕਸਾਨ ਹੈ ਉਹ ਉਸੇ ਯਾਨੀ ਕਿ ਮਿਹਨਤ ਕਾ ਜਿਹੜਾ ਛੋਟੇ ਜਿਹਨੂੰ ਅਸੀਂ ਗਰੀਬ ਤਬਕਾ ਕਹਿੰਦੇ ਹਾਂ, ਸਭ ਤੋਂ ਵੱਧ ਨੁਕਸਾਨ ਉਸੇ ਨਹੀਂ ਹੁੰਦਾ ਹੈ। ਬਿਲਕੁਲ ਕੰਮ ਕੋਈ ਹੈ ਨਹੀਂ, ਰੁਜ਼ਗਾਰ ਕਰਨ ਨੂੰ ਹੈ ਨਹੀਂ, ਮੰਨ ਲਓ ਕੋਈ ਰਿਕਸ਼ਾ ਚਲਾਉਂਦਾ, ਰਿਕਸ਼ਾ ਉਹ ਚਲਾ ਨਹੀਂ ਸਕਦਾ, ਕੋਈ ਛੋਟੀ ਮੋਟੀ ਦਿਹਾੜੀ 'ਤੇ ਜਾਂਦਾ ਉਹ ਦਿਹਾੜੀ 'ਤੇ ਜਾ ਨਹੀਂ ਸਕਦਾ, ਉਹ ਕਰੂਗਾ ਕੀ? ਇਹਨਾਂ ਦੀ ਇਕੋਨਮੀ ਚਲਾਉਣ ਦੇ ਚੱਕਰ 'ਚ ਘਰ ਦੇ ਉਹ ਨਗਹਿਣੇ ਵੀ ਵੇਚੂਗਾ, ਸਾਰਾ ਕੁਛ ਕਰੂਗਾ, ਦਾਰੂ ਵੀ ਪੀਊਗਾ, ਤੇ ਜਦੋਂ ਦਾਰੂ ਪੀਊਗਾ ਘਰਾਂ ਦੇ ਵਿੱਚ ਕੁੱਟਮਾਰ ਵੀ ਹੋਊਗੀ, ਬਿਲਕੁਲ, ਤੇ ਘਰੇਲੂ ਹਿੰਸਾ ਵੀ ਵਧੂਗੀ। ਕੀ ਤੁਸੀਂ ਇਸ ਤਰੀਕੇ ਨਾਲ ਮੁਲਕ ਚਲਾਓਗੇ? ਸ਼੍ਰੀ ਅਮਨ ਅਰੋੜਾ ਸਾਡੇ MLA ਹੈ ਸੁਨਾਮ ਤੋਂ, ਜਦੋਂ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਣੀ ਸੀ 27 ਤਰੀਕ ਨੂੰ, ਉਸ ਤੋਂ ਪਹਿਲਾਂ ਅਸੀਂ ਲੈਟਰ ਲਿਖੀ ਸੀ ਉਹਨਾਂ ਨੂੰ, ਸੁਝਾਅ ਦਿੱਤੇ ਸੀ ਕਿ ਤੁਸੀਂ ਜਿਹੜਾ ਠੇਕਿਆਂ ਦੇ ਪਿੱਛੇ ਪਏ ਹੋਏ ਹੋ ਠੇਕਿਆਂ ਖੋਲ੍ਹਣ ਦੇ, ਇਹਦੇ ਪਿੱਛੇ ਕਾਰਨ ਹੋਰ ਵੀ ਹੈ, ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਡਿਸਟਿਲਰੀ ਹੈਗੀ ਹੈ ਚਾਹੇ ਉਹ ਅਕਾਲੀ ਲੀਡਰ ਨੇ ਚਾਹੇ ਉਹ ਕਾਂਗਰਸ ਲੀਡਰ ਨੇ, ਵੱਡੇ ਵੱਡੇ ਉਹੀ ਲੀਡਰ ਨੇ, ਉਹਨਾਂ ਦੀ ਉਹੀ ਹੈਗੀ। ਬਿਲਕੁਲ ਜੀ, ਠੀਕ ਹੈ ਕਿ ਨਹੀਂ? ਤੇ ਅਦਰਵਾਈਜ਼ ਵੀ ਤੁਸੀਂ ਦੇਖੋ ਜੇ ਇਹ ਇਕਾਨਮੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ 6,000 ਕਰੋੜ ਰੁਪਏ ਇਕੱਠਾ ਹੁੰਦਾ ਦਾਰੂ ਤੋਂ, ਤੇ ਤਮਿਲਨਾਡੂ, ਹਾਲਾਂਕਿ ਤਮਿਲਨਾਡੂ ਦਾ ਸਾਈਜ਼ ਦੇ ਵਿੱਚ ਸਾਡੇ ਤੋਂ ਡਬਲ ਹੈਗੀ ਹੈ, ਠੀਕ ਹੈ ਨਾ, ਸਾਡਾ ਬਜਟ ਜੇ 1.5 ਲੱਖ ਕਰੋੜ ਦਾ ਹੈਗਾ, ਉਹਨਾਂ ਦਾ ਬਜਟ 3 ਲੱਖ ਕਰੋੜ ਦਾ ਹੈਗਾ, ਪਰ ਉਸ 3 ਲੱਖ ਕਰੋੜ ਦੇ ਵਿੱਚੋਂ 60 ਲੱਖ ਯਾਨੀ ਕਿ 60,000 ਕਰੋੜ ਜਿਹੜਾ ਹੈਗਾ ਉਹ ਸਿਰਫ ਦਾਰੂ ਦੀ ਐਕਸਾਈਜ਼ ਤੋਂ ਆਉਂਦਾ ਹੈਗਾ। ਜਿਹੜੀ ਦਾਰੂ ਦੀ ਕੰਜਪਸ਼ਨ ਸਾਡੇ ਵੀ ਬਹੁਤ ਆ, ਜੇ ਉਸੇ ਤਰੀਕੇ ਨਾਲ ਕਾਰਪੋਰੇਸ਼ਨ ਇੱਥੇ ਬਣਾਈ ਜਾਵੇ ਤਾਂ ਇੱਥੇ ਸਾਨੂੰ 25 ਤੋਂ ਲੈ ਕੇ 30,000 ਕਰੋੜ ਰੁਪਈਆ ਆ ਸਕਦਾ। ਜੇ ਕੈਪਟਨ ਸਾਹਿਬ ਤੁਸੀਂ ਇੰਨੇ ਹੀ ਕੰਸਰਨਡ ਹੈਗੇ ਹੋ ਤੇ ਤੁਸੀਂ ਕਾਰਪੋਰੇਸ਼ਨ ਬਣਾਓ, ਤੁਸੀਂ ਮਾਫੀਆ ਰੋਕੋ, ਬਿਲਕੁਲ ਠੇਕੇ ਖੋਲ੍ਹਣ ਦੀ ਪੈ ਗਈ ਤੁਹਾਨੂੰ, ਕਿਉਂਕਿ ਵੱਡੇ ਵੱਡੇ ਯਾਨੀ ਕਿ ਲੀਡਰਾਂ ਦੇ ਠੇਕੇ ਯਾਨੀ ਕਿ ਡਿਸਟਰੀ ਹੈਗੀ ਹੈ, ਯਾਨੀ ਕਿ ਵੱਡੇ ਵੱਡੇ ਘਰਾਣਿਆਂ ਦੇ ਯਾਨੀ ਕਿ ਠੇਕੇ ਹੈਗੇ, ਇਸ ਕਰਕੇ ਖੋਲ੍ਹਣੇ ਹੈਗੇ ਆ। ਅਸੀਂ ਸਲਾਹ ਦਿੱਤੀ ਸੀ ਕਿ ਅੱਜ ਜਿਹੜਾ ਪੈਟਰੋਲ ਹੈਗਾ, ਪੈਟਰੋਲ ਦੇ ਵਿੱਚ ਤੁਸੀਂ ਦੇਖੋ ਪੂਰੀ ਦੁਨੀਆ ਦੇ ਵਿੱਚ ਨੈਗੇਟਿਵ ਪ੍ਰਾਈਸ ਹੋ ਗਿਆ, ਬਿਲਕੁਲ ਠੀਕ ਹੈ ਕਿ ਨਹੀਂ, ਜਿੱਥੋਂ ਤੁਸੀਂ ਪੈਟਰੋਲ ਦੇ ਜਾਂ ਕਰੂਡ ਆਇਲ ਦੇ ਯਾਨੀ ਕਿ ਉਹ ਕੀਤੇ ਹੋਏ ਸੀ ਸਮਝੌਤੇ ਕੀਤੇ, ਸੋ ਕਹਿੰਦੇ ਸਾਡੇ ਤੋਂ ਲੈ ਜਾਓ ਤੁਸੀਂ, ਅਸੀਂ ਪੈਸੇ ਵੀ ਵੱਲੋਂ ਦੇ ਦਿੰਦੇ ਹਾਂ। ਉਸ ਹਾਲਾਤ 'ਚ ਸਾਡਾ ਇੱਥੇ ਕਿ ਸਾਡੇ ਰੇਟ ਘਟਿਆ, ਪੈਟਰੋਲ ਦਾ ਨਹੀਂ ਰੇਟ ਘਟਿਆ, 1 ਲੀਟਰ ਪੈਟਰੋਲ ਦੇ ਉੱਤੇ 23 ਰੁਪਈਏ ਜਿਹੜਾ ਹੈਗਾ ਸੈਂਟਰ ਸਰਕਾਰ ਲੈ ਰਹੀ ਹੈ, 19 ਰੁਪਈਏ ਜਿਹੜਾ ਹੈਗਾ ਇਹ ਸਟੇਟ ਲੈ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਕਰੂਡ ਰੇਟ ਦਾ ਆਇਲ ਹੈਗਾ ਸੀ ਜਦੋਂ ਉਹਦਾ ਇਹ ਪ੍ਰਾਈਸ ਹੋ ਗਿਆ ਤਾਂ ਕਿਉਂ ਪੰਜਾਬ ਸਟਰੋਂਗਲੀ ਸੈਂਟਰ ਤੋਂ ਉਸ ਪੈਸੇ ਦੇ ਵਿੱਚੋਂ 50% ਕਿਉਂ ਨਹੀਂ ਮੰਗਦਾ? ਗਰਗ ਸਾਹਿਬ ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੋ ਚੁੱਕਿਆ ਹੈ, ਔਰ ਅਸੀਂ ਵੀ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਜਿਸ ਤਰ੍ਹਾਂ ਗਰਗ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ